ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਡਿਪਰੈਸ਼ਨ ਬਾਰੇ ਗੱਲ ਕਰਾਂਗੇ ਡਿਪਰੈਸ਼ਨ ਇੱਕ ਮਨ ਦੀ ਅਵਸਥਾ ਹੈ ਜਿਹਦੇ ਵਿੱਚ ਮਨ ਢਹਿੰਦੀਆਂ ਗੱਲਾਂ 'ਚ ਹੁੰਦਾ ਅਤੇ ਕਿਸੇ ਚੀਜ਼ ਨੂੰ ਕਰਨ ਨੂੰ ਮਨ ਨਹੀਂ ਕਰਦਾ ਇਹ ਅਵਸਥਾ ਕਈ ਹਾਲਾਤਾਂ ਵਿੱਚ ਆਮ ਤੌਰ 'ਤੇ ਹਰ ਇੱਕ ਬੰਦੇ ਨੂੰ ਆਉਂਦੀ ਹੈ ਪਿੱਛੇ ਜੇ ਤਾਂ ਜਦੋਂ ਕੋਵਿਡ ਹੋਇਆ ਸੀ ਸਾਰੇ ਆਲਮੋਸਟ ਬੰਦੇ ਇਸ ਅਵਸਥਾ ਦਾ ਸ਼ਿਕਾਰ ਹੋ ਗਏ ਸਨ ਜੇ ਕੋਈ ਕਿਸੇ ਦੀ ਪਰੇਸ਼ਾਨੀ ਹੋ ਜਾਵੇ ਕਿਸੇ ਦੇ ਘਰ 'ਚ ਲੋਸ ਹੋ ਜਾਵੇ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਆ ਜਾਵੇ ਕੋਈ ਕਿਸੇ ਦੇ ਘਰ ਦੀ ਡੈਥ ਹੋ ਜਾਵੇ ਤਾਂ ਵੀ ਸਾਨੂੰ ਇਹ ਮਨ ਦੀ ਅਵਸਥਾ 'ਚੋਂ ਗੁਜ਼ਰਨਾ ਪੈਂਦਾ ਹੈ ਪਰ ਕੀ ਇਸ ਦਾ ਇਹ ਬਿਮਾਰੀ ਹੈ ਨਹੀਂ ਇਹ ਬਿਮਾਰੀ ਨਹੀਂ ਹੈ ਇਹ ਜੇ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਸੈਰ ਕਰਦੇ ਹਾਂ ਇਸ ਅਵਸਥਾ ਤੋਂ ਬਾਹਰ ਆ ਸਕਦੇ ਹਾਂ ਸੋ ਇਹ ਜੋ ਡਿਪਰੈਸ਼ਨ ਹੁੰਦਾ ਹੈ ਜਿਹਦੀ ਬਾਰੇ ਅਸੀਂ ਅੱਜ ਗੱਲ ਕਰਨੀ ਹਾਂ ਇਹ ਇੱਕ ਬਿਮਾਰੀ ਹੈ ਔਰ ਇਹ ਬਿਮਾਰੀ ਦੇ ਵਿੱਚ ਜੋ ਇਹ ਮਨ ਦੀ ਅਵਸਥਾ ਹੁੰਦੀ ਹੈ ਜਦੋਂ ਕਿਸੇ ਨਾਲ ਗੱਲ ਨਹੀਂ ਕਰਨਾ ਕਿਸੇ ਨਾਲ ਬੋਲਣ ਨੂੰ ਬਿਲਕੁਲ ਮਨ ਹੀ ਨਹੀਂ ਕਰਦਾ ਇਹ ਜਿਹੜੀ ਅਵਸਥਾ ਹੈ ਇਹ ਲਗਾਤਾਰ 2-3 ਹਫ਼ਤੇ ਲਗਾਤਾਰ ਬੰਦੇ ਦੇ ਮਨ ਵਿੱਚ ਰਹਿੰਦੀ ਹੈ ਅਤੇ ਉਹਦੇ ਨਾਲ ਉਹਨੂੰ ਹੋਰ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈ ਜਿਸ ਤਰ੍ਹਾਂ ਕਿ ਉਹਦੀ ਨੀਂਦ ਘੱਟ ਜਾਂਦੀ ਹੈ ਉਹ ਸੌਣ ਲੱਗਦਾ ਹੈ ਅਤੇ ਉਹਨੂੰ ਨੀਂਦ ਹੀ ਨਹੀਂ ਆਉਂਦੀ ਜਾਂ ਉਸਦੀ ਨੀਂਦ ਵੱਧ ਜਾਂਦੀ ਕਈ ਵਾਰੀ ਬੰਦੇ ਨੂੰ ਮਨ ਵਿੱਚ ਐਸੇ ਐਸੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਉਹ ਪਰੇਸ਼ਾਨ ਹੋ ਜਾਂਦਾ ਕਿ ਇਹ ਮਾੜੇ ਖਿਆਲ ਮੈਨੂੰ ਕਿਉਂ ਆ ਰਹੇ ਨੇ ਔਰ ਇਹ ਬਾਰ 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 ਮਨ 'ਚ ਘੁੰਮਦੇ ਨੇ ਬੰਦਾ ਕੱਢਣ ਦੀ ਕੋਸ਼ਿਸ਼ ਕਰਦਾ ਪਰ ਨਿਕਲਦੇ ਨਹੀਂ ਉਹ ਆਪਣੇ ਜਾਂ ਬਾਹਰ ਸੈਰ ਕਰਨ ਜਾਂਦਾ ਹੈ ਟੀ ਵੀ ਦੇਖਦਾ ਹੈ ਪਰ ਫਿਰ ਵੀ ਉਹਨੂੰ ਮਨ ਦੇ ਪਿੱਛੇ ਉਹ ਖਿਆਲ ਘੁੰਮਦੇ ਹੀ ਰਹਿੰਦੇ ਨੇ ਜਿਹਦੇ ਨਾਲ ਉਹ ਪਰੇਸ਼ਾਨ ਹੋ ਜਾਂਦਾ ਹੈ ਔਰ ਕਈ ਵਾਰੀ ਇਹ ਪਰੇਸ਼ਾਨੀ ਇੰਨੀ ਵੱਧ ਜਾਂਦੀ ਹੈ ਕਿ ਉਹ ਬੰਦੇ ਦੇ ਆਪਣੇ ਆਪ ਦੇ ਵਿੱਚ ਇਹੋ ਜਿਹੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਉਹ ਚਾਹੁੰਦਾ ਨਹੀਂ ਜਿਸ ਤਰ੍ਹਾਂ ਕਿ ਖੁਦਕੁਸ਼ੀ ਦੇ ਖਿਆਲ ਵੀ ਆਉਣੇ ਸ਼ੁਰੂ ਹੋ ਜਾਂਦੇ ਨੇ ਔਰ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਮੈਨੂੰ ਹੋ ਕੀ ਗਿਆ ਪਹਿਲੇ ਤਾਂ ਮੈਂ ਚੰਗਾ ਭਲਾ ਸੀ ਹੁਣ ਮੈਂ ਬਾਹਰ ਜਾਂਦਾ ਤਾਂ ਵੀ ਮੇਰੇ ਖਿਆਲ ਪਿੱਛਾ ਨਹੀਂ ਛੱਡਦੇ ਇਹ ਮੇਰੀ ਜਿਹੜੀ ਮਨ ਦੀ ਅਵਸਥਾ ਹੈ ਜੋ ਉਹ ਕਦੀ ਬਦਲਦੀ ਨਹੀਂ ਹੈ ਸੋ ਆਪਣੇ ਯਾਰਾਂ ਦੋਸਤਾਂ ਨਾਲ ਗੱਲ ਕਰਦਾ ਉਹ ਕਹਿੰਦੇ ਡਾਕਟਰ ਨੂੰ ਦਿਖਾ ਲੈ ਉਹ ਆਪਣੇ ਟੈਸਟ ਕਰਾਉਂਦਾ ਹੈ ਸਾਰਾ ਕੁਛ ਕਰਦਾ ਉਹ ਸਾਰੇ ਟੈਸਟ ਠੀਕ ਆਉਂਦੇ ਨੇ ਫਿਰ ਵੀ ਪਰੇਸ਼ਾਨ ਹੁੰਦਾ ਫਿਰ ਜਦੋਂ ਕੋਈ ਦੋਸਤ ਸਲਾਹ ਦਿੰਦਾ ਕੋਈ ਜਾਦੂ ਟੂਣਿਆਂ ਨੂੰ ਦਿਖਾ ਕਰ ਲੈ ਕਿਸੇ ਸਿਆਣੇ ਕੋਲ ਚਲਾ ਜਾ ਕੋਈ ਪਾਠ ਕਰ ਲੈ ਕੋਈ ਗੁਰਦੁਆਰੇ 'ਚ ਆ ਕੋਈ ਮੰਦਰ 'ਚ ਆ ਤੇਰਾ ਮਨ ਚੇਂਜ ਹੋ ਜਾਏਗਾ ਇਹ ਬਾਹਰ ਆ ਜਾਏਗੀ ਇਹ ਕੋਈ ਐਡੀ ਵੱਡੀ ਗੱਲ ਥੋੜ੍ਹਾ ਸਾਰਿਆਂ ਨੂੰ ਹੁੰਦਾ ਉਹ ਇਹ ਗੱਲ ਸੁਣ ਕੇ ਇਹ ਸਾਰਾ ਕੁਛ ਕਰਦਾ ਪਰ ਇਹਨਾਂ ਚੀਜ਼ਾਂ ਦੇ ਕਰਨ ਦੇ ਬਾਵਜੂਦ ਵੀ ਉਹਦੀ ਮਨ ਦੀ ਅਵਸਥਾ ਬਦਲਦੀ ਨਹੀਂ ਹੈ ਸਗੋਂ ਇਹ ਦਿਨ ਬ ਦਿਨ ਵੱਧਦੀ ਜਾਂਦੀ ਹੈ ਔਰ ਉਹਦੀ ਸਿਹਤ 'ਤੇ ਅਸਰ ਪੈਂਦਾ ਹੈ ਕਮਜ਼ੋਰੀ ਆਉਂਦੀ ਹੈ ਉਹਦੇ ਨੀਂਦ ਭੁੱਖ ਘੱਟ ਜਾਂਦੀ ਹੈ ਉਹਨੂੰ ਪਰੇਸ਼ਾਨੀ ਇਤਨੀ ਕਈ ਵਾਰੀ ਵੱਧ ਜਾਂਦੀ ਹੈ ਕਿ ਉਹਦਾ ਕੰਮ ਕਰਨ ਨੂੰ ਉਹ ਕਈ ਮਨ ਨਹੀਂ ਕਰਦਾ ਉਹ ਘਰੇ ਪਿਆ ਰਹਿੰਦਾ ਹੈ ਬਿਲਕੁਲ ਇਸ ਤਰ੍ਹਾਂ ਹੋ ਜਾਂਦਾ ਹੈ ਜਿਵੇਂ ਜਿੰਦੀ ਲਾਸ਼ ਹੋਈ ਸਾਰੇ ਘਰ ਦੇ ਵੀ ਪਰੇਸ਼ਾਨ ਹੁੰਦੇ ਵੀ ਚੰਗਾ ਭਲਾ ਬੰਦਾ ਸੀ ਇਹਨੂੰ ਹੋ ਕੀ ਗਿਆ ਇਹ ਜਿਹੜੇ ਹਾਲਾਤ ਨੇ ਲਗਾਤਾਰ 2-3 ਹਫ਼ਤੇ ਰਹਿਣ ਤਾਂ ਅਸੀਂ ਇਸ ਨੂੰ ਡਿਪਰੈਸ਼ਨ ਦੀ ਬਿਮਾਰੀ ਕਹਿੰਦੇ ਹਾਂ ਔਰ ਇਹ ਬਿਮਾਰੀ ਸਾਰੇ ਸੰਸਾਰ ਵਿੱਚ ਹੈ ਇਹ ਨਹੀਂ ਸਿਰਫ ਸਾਡੇ ਮੁਲਕ 'ਚ ਹੈ 10-20% ਲੋਕ ਇਸ ਬਿਮਾਰੀ ਦਾ ਸ਼ਿਕਾਰ ਨੇ ਇਹ ਬੱਚਿਆਂ ਤੋਂ ਲੈ ਕੇ ਬੁੱਢਿਆਂ ਨੂੰ ਜਵਾਨਾਂ ਨੂੰ ਇਸਤਰੀਆਂ ਨੂੰ ਔਰ ਹਰ ਕਿਸਮ ਹਰ ਏਜ ਦੇ ਗਰੁੱਪ ਦੇ ਬੰਦੇ ਨੂੰ ਹੋ ਸਕਦੀ ਹੈ ਔਰ ਇਹ ਸਾਡੇ ਦਿਮਾਗ ਦੇ ਵਿੱਚ ਕੁਝ ਤੱਤ ਹੁੰਦੇ ਨੇ ਉਹ ਘਟਣ ਨਾਲ ਇਹ ਬਿਮਾਰੀ ਨੌਨ ਐਪੀਨੇਫ੍ਰਿਨ ਜਿਹਨੂੰ ਕਹਿੰਦੇ ਹਾਂ ਉਹ ਘਟਣ ਨਾਲ ਇਹ ਬਿਮਾਰੀ ਜਿਹੜੀ ਹੈ ਇਹ ਹੋ ਜਾਂਦੀ ਹੈ ਔਰ ਇਹ ਇੱਕ ਸਾਇੰਟਿਫਿਕ ਬਿਮਾਰੀ ਹੈ ਔਰ ਇਹਦਾ ਇਲਾਜ ਵੀ ਹੈ ਸਾਨੂੰ ਡਾਕਟਰ ਕੋਲ ਜਾ ਕੇ ਆਪਣੀ ਗੱਲ ਕਰਨੀ ਚਾਹੀਦੀ ਹੈ ਮਨੋਰੋਗ ਬਿਮਾਰ ਦੇ ਮਾਹਰ ਜਿਹੜੇ ਡਾਕਟਰ ਨੇ ਉਹਨਾਂ ਨਾਲ ਗੱਲ ਕਰਕੇ ਉਹ ਫਿਰ ਡਿਸਾਈਡ ਕਰਦੇ ਨੇ ਕਿ ਇਸ ਬਿਮਾਰੀ ਦੇ ਵਿੱਚ ਇਹਨੂੰ ਗੱਲਬਾਤ ਨਾਲ ਠੀਕ ਕਰਨਾ ਜਾਂ ਇਹਨੂੰ ਦਵਾਈਆਂ ਨਾਲ ਠੀਕ ਕਰਨਾ ਔਰ ਦਵਾਈਆਂ ਅੱਜ ਕੱਲ੍ਹ ਬਹੁਤ ਵਧੀਆ ਆ ਗਈਆਂ ਹਨ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਦਵਾਈ ਖਾਣ ਲੱਗਿਆ ਕਿ ਇਹ ਕੋਈ ਡਿਪਰੈਸ਼ਨ ਦੀ ਦਵਾਈ ਹੈ ਕਈ ਲੋਕਾਂ ਦੇ ਮਨ 'ਚ ਖਿਆਲ ਹੁੰਦੇ ਨੇ ਕਿ ਇਹ ਜਿਹੜੀ ਦਵਾਈਆਂ ਹੁੰਦੀਆਂ ਲੱਗ ਜਾਂਦੀਆਂ ਨੇ ਅਤੇ ਜਿਹੜੀ ਡਿਪਰੈਸ਼ਨ ਦੀ ਬਿਮਾਰੀ ਹੈ ਇਹ ਠੀਕ ਨਹੀਂ ਹੁੰਦੀ ਪਰ ਇਹ ਬਿਲਕੁਲ ਗਲਤ ਗੱਲ ਹੈ ਡਿਪਰੈਸ਼ਨ ਜਿਹੜਾ ਹੈ ਇਹਦਾ 3-6 ਮਹੀਨੇ ਦੇ ਵਿੱਚ ਕੋਰਸ ਹੁੰਦਾ ਉਹ ਦਵਾਈਆਂ ਨਾਲ ਇਹ ਬਿਲਕੁਲ ਠੀਕ ਹੋ ਜਾਂਦੀ ਹੈ ਬੰਦਾ 9/9 ਹੋ ਜਾਂਦਾ ਜਿਸ ਤਰ੍ਹਾਂ ਅੱਗੇ ਸੀ ਉਸੇ ਤਰ੍ਹਾਂ ਹੀ ਹੋ ਜਾਂਦਾ ਔਰ ਇਹ ਜਿਹੜੀ ਬਿਮਾਰੀ ਹੈ ਇਹਦਾ ਇਲਾਜ ਕਰਾਉਣਾ ਜ਼ਰੂਰੀ ਹੈ ਸਾਨੂੰ ਇਨੀਸ਼ੀਅਲ ਸਟੇਜ 'ਤੇ ਹੀ ਲੋਕ ਆਪਣੇ ਡਾਕਟਰ ਨਾਲ ਆਪਣੇ ਮਾਤਾ ਪਿਤਾ ਨਾਲ ਆਪਣੇ
ਭੈਣ ਭਰਾਵਾਂ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਮੈਨੂੰ ਇਸ ਤਰ੍ਹਾਂ ਦੀ ਮਨ ਦੀ ਅਵਸਥਾ ਹਟ ਨਹੀਂ ਰਹੀ ਔਰ ਮੇਰਾ ਇਲਾਜ ਕਰਾਓ ਔਰ ਇਹ ਇਸਦਾ ਇਲਾਜ ਸੰਭਵ ਹੈ। ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹੋਰ ਵੀ ਇਹਨਾਂ ਬਿਮਾਰੀਆਂ ਬਾਰੇ ਜਾਣਕਾਰੀ